ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਕਮਲਦੀਪ ਕੰਮ ਵੀਰੋ ਭੈਣੋ ਬਜ਼ੁਰਗੋ। ਗੱਲ ਕੋਈ ਚੰਗੀ ਹੋਵੇ ਜਾਂ ਮਾੜੀ ਹੋਵੇ, ਜੇ ਤੁਹਾਡੇ ਸਾਹਮਣੇ ਕੁਛ ਵੀ ਵਾਪਰਦਾ ਉਹ ਦੁਨੀਆ ਦੇ ਸਾਹਮਣੇ ਲੈਣਾ ਜ਼ਰੂਰੀ ਹੁੰਦਾ। ਆ ਦੋ ਤਿੰਨ ਦਿਨ ਦੀ ਗੱਲ ਹੈ, ਕੀ ਹੋਇਆ ਕਿ ਅਸੀਂ ਕਿਤੇ ਬੈਠੇ ਸੀਗੇ, ਮੇਰਾ ਬਾਈ ਜਿੱਦਾਂ ਕੋਈ ਪ੍ਰੋਗਰਾਮ ਸੀਗਾ, ਮੇਰਾ ਬਾਈ ਇੱਕ ਜਾਣਦਾ ਜਾਣਕਾਰ ਆਪਣਾ, ਉਹ ਮੇਰੇ ਨਾਲ ਬੈਠਾ ਸੀ। ਉਹਦੇ ਨਾਲ ਇੱਕ ਉਹਦਾ ਕੋਈ ਯਾਰ ਦੋਸਤ ਸੀ, ਜਿਹਨੂੰ ਕਹਿੰਦੇ ਆਪਾਂ ਦੇਸੀ ਅੰਗਰੇਜ਼ ਫੁਕਰੀ ਟਾਈਪ ਦਾ ਬੰਦਾ ਬੈਠਾ ਸੀਗਾ। ਤਾਂ ਗੱਲ ਕੀ ਹੋਈ, ਉਹ ਜਿਹੜਾ ਸਾਡਾ ਬਾਈ ਸੀਗਾ ਉਹਦਾ ਜਵਾਕ ਹਜੇ ਇੰਡੀਆ ਤੋਂ ਆਇਆ, ਮਹੀਨਾ ਖੰਡ ਹੀ ਹੋਇਆ ਉਹਨੂੰ, ਕਿਉਂਕਿ ਉਹ ਮਜ਼ਬੂਰੀਆਂ ਸਟੂਡੈਂਟ ਲਾਈਫ ਸੀ, ਉਹਨਾਂ ਨੇ ਇੰਡੀਆ ਛੱਡਿਆ ਹੋਇਆ ਸੀਗਾ। ਸੋ ਜਵਾਕ ਇੰਡੀਆ ਤੋਂ ਆਇਆ ਤਾਂ ਉਹ ਦੋਨਾਂ ਦੇ ਜਵਾਕ ਖੇਡਣ ਡਏ ਆ, ਤਾਂ ਉਹ ਜਿਹੜਾ ਦੇਸੀ ਅੰਗਰੇਜ਼ ਸੀ ਉਹਦੇ ਜਵਾਕ ਨੇ ਉਹ ਦੂਸਰੇ ਜਵਾਕ ਨੂੰ ਕਿਹਾ, ਕੋਈ ਜਿਹੜਾ ਕਿਸੇ ਟੋਆਏ ਨਾਲ ਖੇਡਦੇ ਸੀ, ਵੀ ਥਰੋ ਐਟ ਮੀ। ਉਹ ਜਵਾਕ ਕਿਉਂਕਿ ਪੰਜਾਬ ਤੋਂ ਨਵਾਂ ਨਵਾਂ ਆਇਆ, ਉਹਨੂੰ ਪਤਾ ਨਹੀਂ ਲੱਗਿਆ, ਅਤੇ ਉਹ ਦੂਸਰੇ ਬਾਈ ਨੇ ਕਿਹਾ, ਕਹਿੰਦਾ ਬਾਈ ਜਿਹੜਾ ਦੇਸੀ ਅੰਗਰੇਜ਼ ਸੀ, ਕਹਿੰਦਾ ਯਾਰ ਸ਼ਰਮ ਆਉਣੀ ਚਾਹੀਦੀ ਹੈ, ਸ਼ਰਮ ਵਾਲੀ ਗੱਲ ਹੈ ਕਿ ਤੇਰੇ ਜਵਾਕ ਨੂੰ ਇੰਨਾ ਵੀ ਨਹੀਂ ਪਤਾ, ਥਰੋ ਦਾ ਮਤਲਬ ਨਹੀਂ ਪਤਾ। ਉਹ ਗੱਲ ਇਹ ਆ ਕਿ ਕਹਿੰਦਾ ਅਸੀਂ ਤਾਂ ਘਰ ਦੇ ਵਿੱਚ ਵੀ ਰੂਲ ਬਣਾਇਆ ਹੋਇਆ ਕਿ ਘਰ ਵਿੱਚ ਪੰਜਾਬੀ ਨਹੀਂ ਅੰਗਰੇਜ਼ੀ ਹੀ ਬੋਲਣੀ ਆ, ਕਹਿੰਦਾ ਸਾਡੇ ਨਿਆਣੇ ਪਟਰ ਪਟਰ ਅੰਗਰੇਜ਼ੀ ਬੋਲਦੇ ਆ। ਮੈਂ ਫੁਕਰਿਆਂ ਨੂੰ ਇੱਦਾਂ ਇਹਨੂੰ ਦੱਸਣਾ ਚਾਹੁੰਦਾ ਕਿ ਬਾਈ ਸ਼ਰਮ ਤਾਂ ਤੁਹਾਨੂੰ ਆਉਣੀ ਚਾਹੀਦੀ ਹੈ, ਜਦੋਂ ਤੁਹਾਡੇ ਨਿਆਣੇ ਬੈਕ ਪੰਜਾਬ ਵਿੱਚ ਤੁਹਾਡੇ ਮਾਂ ਬਾਪ ਨੂੰ ਮਿਲਣ ਜਾਂਦੇ ਜਾਂ ਤੁਹਾਡੇ ਮਾਂ ਬਾਪ ਤੁਹਾਡੇ ਨਿਆਣਿਆਂ ਨੂੰ ਮਿਲਣ ਆਉਂਦੇ ਆ, ਉਹ ਇੰਨੇ ਕੁ ਲਾਚਾਰ ਹੁੰਦੇ ਆ, ਇੰਨੇ ਕੁ ਬੇਵਸ ਹੁੰਦੇ ਆ ਕਿ ਨਾ ਤੁਹਾਡੇ ਨਿਆਣੇ ਦੀ ਗੱਲ ਸਮਝ ਸਕਦੇ ਆ, ਨਾ ਤੁਹਾਡੇ ਨਿਆਣਿਆਂ ਨੂੰ ਸਮਝਾ ਸਕਦੇ ਆ। ਸੋ ਠੀਕ ਹੈ, ਅੰਗਰੇਜ਼ੀ ਅੰਗਰੇਜ਼ਾਂ ਦੇ ਦੇਸ਼ 'ਚ ਆਏ ਹਾਂ, ਅੰਗਰੇਜ਼ੀ ਇੱਥੇ ਹਵਾ 'ਚ ਹੀ ਆ, ਤੁਸੀਂ ਫੱਟੀ ਵਾਲਿਆਂ ਸਕੂਲਾਂ ਤੋਂ ਪੜ੍ਹ ਕੇ ਆ ਕੇ ਇੱਥੇ ਤੁਸੀਂ ਅੰਗਰੇਜ਼ੀ ਬੋਲ ਸਕਦੇ, ਤੁਹਾਡੇ ਨਿਆਣੇ ਨਹੀਂ ਬੋਲ ਸਕਦੇ। ਸੋ ਅੰਗਰੇਜ਼ੀ ਬੋਲੋ, ਸੁਣੋ, ਉਹ ਮਾੜੀ ਗੱਲ ਨਹੀਂ ਆ, ਪਰ ਉੱਥੇ ਬੋਲੋ ਜਿੱਥੇ ਤੁਹਾਨੂੰ ਲੋੜ ਹੈ, ਜਿੱਥੇ ਤੁਹਾਡਾ ਘਰ ਪਰਿਵਾਰ ਹੈ, ਜਿੱਥੇ ਤੁਹਾਡੀ ਰਿਸ਼ਤੇਦਾਰੀ ਹੈ, ਜਿੱਥੇ ਤੁਹਾਡੇ ਮਾਂ ਬਾਪ ਦੀ ਗੱਲ ਆਉਂਦੀ ਹੈ, ਉੱਥੇ ਜਵਾਕਾਂ ਨੂੰ ਪੰਜਾਬੀ ਜ਼ਰੂਰ ਸਿਖਾਓ। ਸੋ ਇੱਦਾਂ ਦੇ ਬੰਦਿਆਂ 'ਤੇ ਸ਼ਰਮ ਸਾਨੂੰ ਆਉਂਦੀ ਹੈ ਕਿ ਮੈਂ ਤਾਂ ਕਹਿੰਦਾ ਇੱਦਾਂ ਦੇ ਬੰਦਿਆਂ ਨੂੰ ਪਾਰਲੀਮੈਂਟ 'ਚ ਲਿਜਾ ਕੇ ਸਨਮਾਨਿਤ ਕਰਨਾ ਚਾਹੀਦਾ, ਇਹਨਾਂ ਨੂੰ ਕੋਈ ਨਾ ਕੋਈ ਖਿਤਾਬ ਮਿਲਣਾ ਚਾਹੀਦਾ। ਸੋ ਵੀਰੋ ਭੈਣ ਬਜ਼ੁਰਗੋ, ਗੁਜ਼ਾਰਿਸ਼ ਆ, ਰਿਕੁਐਸਟ ਆ, ਘਰ ਪਰਿਵਾਰ ਦੇ ਵਿੱਚ ਬੈਟਰ ਹੈ ਪੰਜਾਬੀ ਬੋਲੋ, ਆਪਣੇ ਲਈ ਨਹੀਂ, ਆਪਣੇ ਮਾਂ ਬਾਪ ਲਈ, ਸਾਡੇ ਜਿਹੜੇ ਵੱਡੇ ਬਜ਼ੁਰਗ ਸਾਡੇ ਪੰਜਾਬ 'ਚ ਬੈਠੇ ਜਾਂ ਪੰਜਾਬ ਤੋਂ ਤੁਹਾਨੂੰ ਮਿਲਣ ਆਉਂਦੇ ਆ, ਉਹਨਾਂ ਲਈ, ਤਾਂ ਕਿ ਉਹ ਤੁਹਾਡੇ ਨਿਆਣਿਆਂ ਦੀ ਗੱਲ ਸਮਝ ਸਕਣ ਅਤੇ ਤੁਹਾਡੇ ਨਿਆਣੇ ਉਹਨਾਂ ਨੂੰ ਆਪਣੀ ਗੱਲ ਸਮਝਾ ਸਕਣ। ਸੋ ਇਹੋ ਜਿਹੇ ਫੁਕਰਿਆਂ ਦੀ ਯਾਰੀ ਦੋਸਤੀ ਵੀ ਮਾੜੀ, ਮੈਂ ਤਾਂ ਕਹਿੰਦਾ ਇੱਦਾਂ ਦੇ ਫੁਕਰਿਆਂ ਤੋਂ ਬਾਈਕਾਟ ਕਰੋ, ਇੱਦਾਂ ਦੇ ਫੁਕਰਿਆਂ ਤੋਂ ਥੋੜ੍ਹਾ ਪਰੇ ਰਹੋ, ਜਿਹੜੇ ਇਹ ਸੋਚਦੇ ਆ ਕਿ ਅੰਗਰੇਜ਼ੀ ਬੋਲਣਾ ਇੱਕ ਮਹਾਨਤਾ ਵਾਲਾ ਕੰਮ ਹੈ ਅਤੇ ਉਹਨਾਂ ਨੂੰ ਕੋਈ ਨਾ ਕੋਈ ਉਹਦਾ ਸਨਮਾਨ ਮਿਲਣਾ ਚਾਹੀਦਾ, ਅਤੇ ਪੰਜਾਬੀ ਬੋਲਣੀ ਇੱਕ ਸ਼ਰਮ ਵਾਲੀ ਗੱਲ ਹੈ। ਫਿਟੇ ਮੂੰਹ ਤੁਹਾਡੇ ਇਹ ਬੰਦਿਆਂ ਦੀ ਤਾਂ ਉਹ ਗੱਲ ਹੋ ਗਈ ਕਿ ਆਖੇ ਮਰਿਆ ਨਹੀਂ ਆਕੜਿਆ ਆ। ਸਤਿ ਸ਼੍ਰੀ ਅਕਾਲ ਜੀ ਸਰ।